ਪੱਖ ਦੇ ਮਸਲੇ ਵਿੱਚ ਆਪ ਜੀ ਨੂੰ ਜੀਆਂ ਆਖਦੇ ਹਾਂ ਤੇ ਅੱਜ ਅਸੀਂ ਇੱਕ ਅਹਿਮ ਮੁੱਦੇ ਤੇ ਗੱਲਬਾਤ ਕਰ ਰਹੇ ਹਾਂ ਜਿਹੜਾ ਤੁਹਾਨੂੰ ਪਤਾ ਕਿ ਕੱਲ 21 ਦਸੰਬਰ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀ 38 ਮੈਂਬਰ ਚੁਣੇ ਗਏ ਸੀ ਉਹਨਾਂ ਦੇ ਵਿੱਚੋਂ 11 ਮੈਂਬਰੀ ਕਮੇਟੀ ਚੁਣੀ ਗਈ ਹੈ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਆ ਤੇ ਹੋਰ ਜਿਹੜੀ ਉੱਥੇ ਗੱਲਬਾਤ ਹੋਈ ਆ ਖਾਸ ਤੌਰ ਤੇ ਤੁਹਾਨੂੰ ਇਹ ਵੀ ਪਤਾ ਕਿ ਇਹ ਕਮੇਟੀ ਨੂੰ ਹਰਿਆਣਾ ਸਿੱਖਾਂ ਦੇ ਹੱਕ ਦਿਵਾਉਣ ਲਈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਹਿਬ ਨੇ ਬਹੁਤ ਵੱਡਾ ਸੰਘਰਸ਼ ਲੜਿਆ ਕਾਨੂੰਨੀ ਲੜਾਈ ਵੀ ਲੜੀ ਤੇ ਪਰ ਜਦੋਂ ਪ੍ਰਧਾਨ ਦੀ ਚੋਣ ਹੋਈ ਆ ਉਸ ਤੋਂ ਉਹਨਾਂ ਨੇ ਕਿਉਂ ਬਾਈਕਾਟ ਕਰ ਦਿੱਤਾ ਹੋਰ ਜਿਹੜੀਆਂ ਉੱਥੇ ਦੀਆਂ ਗੱਲਾਂ ਬਾਤਾਂ ਉਹ ਸਾਰੀ ਗੱਲਬਾਤ ਆਪਾਂ ਉਹਨਾਂ ਨਾਲ ਕਰਾਂਗੇ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਸਭ ਤੋਂ ਪਹਿਲਾਂ ਜੀਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਰਘਵੀਰ ਸਿੰਘ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਥੇਦਾਰ ਜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਹੁਤ ਲੰਬੀ ਲੜਾਈ ਸੀ ਲੇਕਿਨ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਸੰਘਰਸ਼ ਕਰਕੇ ਕਾਨੂੰਨੀ ਜਿਹੜਾ ਮਤਲਬ ਉਹਨੂੰ ਉਸ ਕਮੇਟੀ ਨੂੰ ਜਿਹੜਾ ਉਹਦਾ ਹੱਕ ਬਣਦਾ ਸੀ ਹਰਿਆਣੇ ਦੇ ਸਿੱਖਾਂ ਦਾ ਬਣਦਾ ਸੀ ਉਹ ਦਵਾਇਆ ਪਰ ਉਹ ਜੱਦੋਜਹਿਦ ਦੀ ਜਿਹੜੀ ਮਤਲਬ ਮਿਹਨਤ ਕੀਤੀ ਆ ਜਿੱਦਾਂ ਕਹਿੰਦੇ ਹੁੰਦੇ ਵੀ ਮਿਹਨਤ ਕਿਸੇ ਹੋਰ ਦੀ ਤੇ ਫਲ ਕੋਈ ਹੋਰ ਖਾ ਗਿਆ ਇਹੋ ਜਿਹੀ ਘਟਨਾ ਵਾਪਰ ਗਈ ਕੱਲ। ਦੇਖੋ ਰਘਵੀਰ ਸਿੰਘ ਜੀ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੁੰਦਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਹਰਿਆਣੇ ਦੀਆਂ ਸਿੱਖ ਸੰਗਤਾਂ ਦਾ ਹੱਕ ਸੀ ਆਪਣੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦਾ। ਉਹਦੇ ਵਾਸਤੇ ਲੰਬੀ ਜੱਦੋਜਹਿਦ ਹੋਈ ਹੈ। 1966 ਵੇਲੇ ਜਦੋਂ ਪੰਜਾਬ ਹਰਿਆਣਾ ਵੱਖਰਾ ਹੋਇਆ ਬਾਕੀ ਸਾਰਾ ਕੁਛ ਤੇ ਉਹਦੇ ਨਾਲ ਜਿਹੜਾ ਗੁਰੂ ਘਰਾਂ ਦਾ ਪ੍ਰਬੰਧ ਸੀ ਉਹ ਵੀ ਜੋ ਉਦੋਂ ਸਮਝੌਤਾ ਹੋਇਆ ਸੀਗਾ ਜੋ ਉਸ ਵੇਲੇ ਲਿਖਿਆ ਗਿਆ ਉਹਦੇ ਵਿੱਚ ਸੀਗੇ ਸਕਦਾ ਉਸੇ ਅਨੁਸਾਰ ਜਿਹੜੀ ਸੀ ਬਹੁਤ ਦੇਰ ਦੇ ਨਾਲ ਇਹ ਜਿਹੜੀ ਲੜਾਈ ਸੀਗੀ ਉਹ ਸ਼ੁਰੂ ਹੋਈ ਤਾਂ ਉਹਦੇ ਵਿੱਚ 2014 ਦੇ ਵਿੱਚ ਗੁਰਦੁਆਰਾ ਐਕਟ 2014 ਹਰਿਆਣਾ ਸਰਕਾਰ ਨੇ ਬਣਾਇਆ ਸੀਗਾ ਤਾਂ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਉਹ 18 ਮਹੀਨਿਆਂ ਲਈ ਇੱਕ 41 ਮੈਂਬਰੀ ਐਡਹੋਕ ਕਮੇਟੀ ਬਣਾਈ ਗਈ ਸੀ ਜਿਹੜੀ 18 ਮਹੀਨਿਆਂ 'ਚ ਵਾਰਡਬੰਦੀ ਕਰਾਏਗੀ ਔਰ ਵੋਟਾਂ ਬਣਾਏਗੀ ਉਸ ਤੋਂ ਬਾਅਦ ਚੋਣ ਹੋਏਗੀ ਤੇ ਚੋਣ ਤੋਂ ਬਾਅਦ ਜਿਹੜੇ ਨੁਮਾਇੰਦੇ ਸੰਗਤਾਂ ਚੁਣ ਕੇ ਭੇਜਣਗੀਆਂ ਜਿਹੜੇ ਪ੍ਰਬੰਧ ਚਲਾਉਣਗੇ। ਪਰ ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਥੋੜੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਿਆ ਸੀਗਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸੀ ਉਹ ਚਲੇ ਗਈ ਸੀਗੀ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ 'ਚ ਜਾਣ ਕਰਕੇ ਜਿਹੜਾ ਕੇਸ ਸੀ ਲਟਕ ਗਿਆ ਸੀ ਉਹ 8 ਸਾਲ ਲਗਾਤਾਰ ਚੱਲਦਾ ਰਿਹਾ। ਜਿਹੜਾ ਕੇਸ ਸੀਗਾ ਸੁਪਰੀਮ ਕੋਰਟ 'ਚ ਹੋਣ ਕਰਕੇ ਜਿਹੜੀ 18 ਮਹੀਨਿਆਂ ਵਾਲੀ ਐਡਹੋਕ ਸੀਗੀ ਉਹ 8 ਸਾਲ ਚੱਲਦੀ ਰਹੀ ਤਾਂ 2020 ਦੇ ਵਿੱਚ ਜਿਹੜਾ ਸੀਗਾ ਮੈਨੂੰ ਇਹਦਾ ਮੁੱਖ ਸੇਵਾਦਾਰ ਸਰਬਸੰਮਤੀ ਨਾਲ ਬਣਾਇਆ ਸੀਗਾ 13 ਜੁਲਾਈ 2020 ਨੂੰ। ਫਿਰ 13 ਅਗਸਤ ਨੂੰ ਜਿਹੜਾ ਸੀਗਾ ਮੈਂ ਇਲੈਕਸ਼ਨ ਦੇ ਵਿੱਚ ਵੋਟਾਂ ਦੇ ਬਹੁਮਤ ਦੇ ਨਾਲ ਜਿਹੜਾ ਸੀਗਾ ਬਕਾਇਦਾ ਵੋਟਿੰਗ ਹੋਈ ਵੋਟਾਂ ਪਈਆਂ ਸੀਗੀਆਂ ਤਾਂ ਉਹਦੇ ਨਾਲ ਮੈਂਬਰ ਸਾਹਿਬਾਨਾਂ ਨੇ ਮੈਨੂੰ ਮੁੱਖ ਸੇਵਾਦਾਰ ਬਣਾਇਆ। ਪਿਛਲੇ ਤਕਰੀਬਨ 2.5 ਸਾਲਾਂ ਤੋਂ ਮੈਂ ਸੇਵਾ ਨਿਭਾਉਂਦਾ ਆ ਰਿਹਾ ਸੀ ਔਰ ਜਿਹਦੇ 'ਚ ਮੈਂ ਧਰਮ ਪ੍ਰਚਾਰ ਪ੍ਰਸਾਰ ਗੁਰੂ ਘਰਾਂ ਦੇ ਪ੍ਰਬੰਧ ਨੂੰ ਸੁਚੱਜਾ ਕਰਨਾ ਔਰ ਨਾਲੋਂ ਨਾਲ ਕਾਨੂੰਨੀ ਲੜਾਈ ਜਿਹੜੀ ਸੀ ਬੜੀ ਮਿਹਨਤ ਦੇ ਨਾਲ ਹਰ ਜਗ੍ਹਾ ਤੇ ਪਹੁੰਚ ਕਰਕੇ ਵਕੀਲਾਂ ਦੇ ਨਾਲ ਚਾਹੇ ਚੰਡੀਗੜ੍ਹ ਸੀ ਚਾਹੇ ਉਹ ਆਪਣਾ ਦਿੱਲੀ ਸੀ ਤੇ ਸਰਕਾਰਾਂ ਨਾਲ ਵੀ ਗੱਲਬਾਤ ਚਾਹੇ ਉਹ ਪੰਜਾਬ ਸਰਕਾਰ ਸੀਗੀ ਚਾਹੇ ਹਰਿਆਣਾ ਸਰਕਾਰ ਸੀ ਸਾਰਿਆਂ ਨਾਲ ਗੱਲਬਾਤ ਸਾਰਿਆਂ ਦੇ ਧਿਆਨ 'ਚ ਮਸਲਾ ਲਿਆ ਕੇ ਕਿ ਸਾਡਾ ਇਹ ਹਰਿਆਣੇ ਦੇ ਸਿੱਖਾਂ ਦਾ ਹੱਕ ਬਣਦਾ। ਤੁਸੀਂ ਦੇਖੋ ਕਿ ਗੱਲ ਹਰਿਆਣੇ ਦੀ ਸੀ ਅਸੀਂ ਪੰਜਾਬ ਦੇ ਵੀ ਮੁੱਖ ਮੰਤਰੀ ਦੇ ਕੋਲੋਂ ਭਗਵੰਤ ਮਾਨ ਮੁੱਖ ਮੰਤਰੀ ਜਿਹੜੇ ਆਮ ਆਦਮੀ ਪਾਰਟੀ ਉਹਨਾਂ ਕੋਲੋਂ ਵੀ ਅਸੀਂ ਹਰਿਆਣੇ ਦੇ ਹੱਕ ਦੇ ਵਿੱਚ ਜਿਹੜਾ ਸੀ ਕਹਾਇਆ ਔਰ ਐਡਵੋਕੇਟ ਜਨਰਲ ਪੰਜਾਬ ਨੇ ਸਾਡੇ ਹਰਿਆਣੇ ਦੇ ਹੱਕ ਵਿੱਚ ਜਿਹੜਾ ਸੀਗਾ ਉਹ ਲਿਖ ਕੇ ਦਿੱਤਾ ਸੀ ਵੀ ਇਹ ਹਰਿਆਣੇ ਦੇ ਸਿੱਖਾਂ ਦਾ ਹੱਕ ਹੈ ਇਹਨਾਂ ਨੂੰ ਮਿਲਣਾ ਚਾਹੀਦਾ ਤਾਂ ਹਰਿਆਣੇ ਦੇ ਮੁੱਖ ਮੰਤਰੀ ਨੇ ਵੀ ਸਾਡਾ ਪੂਰਾ ਸਹਿਯੋਗ ਜਿਹੜਾ ਸੀਗਾ ਉਹ ਦਿੱਤਾ ਸੀਗਾ ਇਹਦੇ ਵਿੱਚ। ਅਸੀਂ ਕਾਨੂੰਨੀ ਲੜਾਈ ਬੜੀ ਜੱਦੋ ਜਹਿਦ ਕਰਕੇ ਇਹਨੂੰ ਜਿਹੜਾ ਅਸੀਂ ਹੋਂਦ ਵਿੱਚ ਲਿਆਂਦਾ